ਭਗਵੰਤ ਮਾਨ ਨੂੰ ਸਲੂਟ ਆ ਮੇਰਾ ਦਿਲ ਤੋਂ ਕਿ ਮੈਂ ਐਵੇਂ ਭਗਵੰਤ ਮਾਨ ਨੂੰ ਮਾੜਾ ਕਹਿੰਦਾ ਰਿਆਂ ਪਿਆਰੇ ਸੱਜਣ ਜੀ ਮੈਂ ਹੱਥ ਬੰਨ ਕੇ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਤੇਰੇ ਅਰگە ਮੁੱਖ ਮੰਤਰੀ ਤਾਂ ਸੀ ਜੇ ਇੱਥੇ ਸਾਰੀ ਇੰਡੀਆ ਦੇ ਵਿੱਚੋਂ ਲੱਭਣ ਲੱਗੇ ਨਾ ਭਗਵੰਤ ਮਾਨ ਜੀ ਸਾਨੂੰ ਉਹ ਲੱਭ ਨਾ ਨਹੀਂਗਾ ਤੁਹਾਡੇ ਅਰگە ਮੁੱਖ ਮੰਤਰੀ ਜਿੰਨੇ ਮੁੱਖ ਮੰਤਰੀ ਕਹਿ ਲਗੇ ਜਿੰਨੇ ਪੰਜਾਬ ਦੇ ਮੁੱਖ ਮੰਤਰੀ ਹੋ ਕੇ ਗਏ ਆ ਪਰ ਤੇਰੇ ਵਰਗਾ ਕੋਈ ਡਰਾਮੇਬਾਜ਼ ਨਹੀਂ ਹੋਇਆ ਮੈਂ ਤੇ ਡਰਾਮੇਬਾਜ਼ੀ ਦੀ ਗੱਲ ਦੱਸ ਦਿੰਨਾ ਇਹਨਾਂ ਨੇ ਆ ਕੱਲ ਬਦਲੀ ਕੀਤੀ ਅਫਸਰਾਂ ਦੀ ਉਹ ਜਿਹੜੇ ਇਥੋਂ ਮੋਹਾਲੀ ਦਾ ਸੀਗਾ ਉਹਨੂੰ ਉੱਧਰ ਕਰਤਾ ਤੇ ਜਿਹੜਾ ਉੱਧਰ ਸੀ ਉਹਨੂੰ ਉੱਧਰ ਕਰਤਾ ਤੇ ਉਹਦੇ ਕਾਰਨ ਕੀ ਹੈ ਨਾਲ ਇਹਨਾਂ ਦੀ ਮੈਂ ਛੋਟਾ ਜਿਹਾ ਬਿਆਨ ਵੀ ਸੁਣਿਆ ਸੀ ਇਹ ਕਹਿੰਦੇ ਜੀ ਆਖੇ ਜਿਹੜੇ ਅਫਸਰ ਆ ਉਹ ਤਾਂ ਆਖੇ ਢੇੜੇ ਨਹੀਂ ਮਾਰਦੇ ਤਨਖਾਹ ਫਲਾਨਾ ਢੋਂਕਾ ਮੈਂ ਪਹਿਲਾਂ ਤੈਨੂੰ ਪੁੱਛਣਾ ਚਾਹੂੰਗਾ ਇੱਥੇ ਲੋਕਾਂ ਨੂੰ ਕਹਿ ਦੇਵਾਂ ਜਿਹੜੀ ਬਦਲੀ ਹੋਈ ਆ ਨੁਕਸਾਨ ਤੁਹਾਡਾ ਹੋਇਆ ਭਗਵਾਨ ਕਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਪਰਾਲੀ ਨੂੰ ਲੈ ਕੇ ਬੜੀਆਂ ਗੱਲਾਂ ਚੱਲੀਆਂ ਬੜੇ ਸਬੂਤ ਤਗੜੇ ਦਿੰਦੇ ਆ ਪਰ ਇਸ ਵਿਅਕਤੀ ਨੇ ਆਪਦੇ ਖੇਤ ਦੇ ਵਿੱਚ ਅੱਗ ਲੱਗੀ ਹੋਈ ਆ ਪਰਾਲੀ ਨੂੰ ਬੇਸ਼ੱਕ ਦੀ ਉਹ ਸੁਖਪਾਲ ਸਿੰਘ ਖੈਰੇ ਦੇ ਬਿਆਨ ਕੱਢ ਲਓ ਜਾ ਕੇ ਇਹਦੇ ਆਪਦੀ ਪਰਾਲੀ ਨੂੰ ਅੱਗ ਲੱਗੀ ਹੋਈ ਆ ਇਹ ਕਿਸੇ ਨੂੰ ਕੀ ਰੋਕ ਦੂਗਾ ਪਹਿਲਾਂ ਨੂੰ ਮੈਂ ਇੱਥੇ ਗੱਲ ਦੱਸ ਦੇਵਾਂ ਕਿ ਜਿਹੜੀ ਇਹਨਾਂ ਨੇ ਬਦਲੀ ਕੀਤੀ ਆ ਹੁਣ ਇਹ ਕਹਿੰਦੇ ਨਾ ਵੀ ਡਿਊਟੀ ਜਾਂ ਕੁਝ ਕਹ ਲਓ ਵੀ ਹੁਣ ਪਤਾ ਨਹੀਂ ਕੀ ਹੋ ਜਾਊਗਾ ਮੈਨੂੰ ਇੱਕ ਗੱਲ ਦਾ ਜਵਾਬ ਦੇਵੇ ਭਗਵਾਨ ਕਮਾਨ ਤੂੰ ਤੁਸੀਂ ਬਦਲ ਹੀ ਕਰਤੀ ਆ ਕੀ ਜਿਹੜਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਭੇਜਿਆ ਗਿਆ ਜਾਂ ਮਹਾਲੀ ਭੇਜਿਆ ਗਿਆ ਜਾਂ ਕੋਈ ਮਾਨਸਾ ਭੇਜਿਆ ਗਿਆ ਜਿਹੜੇ ਮਾਨਸੇ ਦੇ ਇਹ ਸਪਾਈ ਤੋਂ ਲੈ ਕੇ ਐਸਐਚਓ ਤੱਕ ਡੀਐਸਪੀ ਤੱਕ ਉਹ ਐਸਐਸਪੀ ਨੂੰ ਚਲਾ ਲੈਣਗੇ ਮੈਨੂੰ ਇਹ ਗੱਲ ਦਾ ਜਵਾਬ ਦਿੱਤਾ ਜਾਵੇ ਕੀ ਜਿਹਾ ਜ ਮੈਂ ਉਦਾਹਰਣ ਦੇ ਰਿਹਾ ਸਿਰਫ ਜੇ ਗੱਲ ਮੈਂ ਫਾਜ਼ਲਕਾ ਦੀ ਕਰਾਂ ਤੁਸੀਂ ਫਾਜ਼ਲਕਾ ਦਾ ਐਸਐਸਪੀ ਬਦਲ ਕੇ ਪਰੇ ਲਾ ਦੋ ਤੇ ਫਿਰ ਇੱਥੇ ਕੀ ਬਦਲ ਜਾਊਗਾ ਉਲਟਾ ਨੁਕਸਾਨ ਹੋਇਆ ਫਾਇਨਲ ਕਰਨੇ ਲੋਕਾਂ ਦਾ ਉਲਟਾ ਨੁਕਸਾਨ ਹੋਊਗਾ ਨੁਕਸਾਨ ਕਿਵੇਂ ਉਹਨਾਂ ਲੋਕਾਂ ਨੂੰ ਸੁਣ ਲਓ ਉਦਾਹਰਨ ਤੌਰ ਤੇ ਹਰ ਪਿੰਡ ਦੇ ਵਿੱਚ ਇਹੋ ਜਿਹਾ ਕੇਸ ਹੁੰਦਾ ਕਿ ਜਿਹੜਾ ਐਸਐਸਪੀ ਨੂੰ ਜਾ ਕੇ ਬੜੀਆਂ ਰਿਕੁਐਸਟਾਂ ਕਰਕੇ ਬੰਦਾ ਮਿਲਦਾ ਉੱਥੇ ਇਹਨਾਂ ਦੇ ਵੀਆਈਪੀ ਸੂਤ ਨਹੀਂ ਹੁੰਦੇ ਇਹ ਕੌਣਾ ਜੀ ਇਹ ਫਲਾਣੇ ਐਮਐਲਆ ਨਾ ਰਹਿੰਦਾ ਇਹ ਫਲਾਣੇ ਐਮਐਲ ਦਾ ਸੱਜਾ ਹੱਥ ਰਹਿੰਦਾ ਇਹ ਐਮਐਲ ਦੀ ਚੌਪ ਦੂਜਾ ਪਜਾਮਾ ਬਣ ਕੇ ਰਹਿੰਦਾ ਐਮਐਲ ਦੀ ਜੈਕਟ ਬਣ ਕੇ ਰਹਿੰਦਾ ਐਮਐਲਏ ਦੇ ਪੂਰਾ ਕੂਕਾ ਬਣ ਕੇ ਰਹਿੰਦਾ ਉਹਨਾਂ ਨੂੰ ਸਮਾਂ ਮਿਲ ਜਾਂਦਾ ਉੱਥੇ ਮੇਰੇ ਨਾਲੋਂ ਵਾਧੇ ਕੋਈ ਨਹੀਂ ਜਾਂਦਾ ਫਿਰ ਜਿਹੜਾ ਕੋਈ ਗਰੀਬ ਬੰਦਾ ਜਾ ਕੇ ਐਸਐਸਪੀ ਨੂੰ ਕਹਿੰਦਾ ਐਸਐਸਪੀ ਸਾਹਿਬ ਜੀ ਸਾਡੇ ਨਾਲ ਅਤਿਆਚਾਰ ਹੋਇਆ ਐਸਐਸਪੀ ਉਹ ਕੰਮ ਨਹੀਂ ਪੂਰੀ ਆਪਦਾ ਜਿਹੜਾ ਕਹ ਲੋ ਵੀ ਆਪਦੀ ਪੂਰੀ ਪੁੱਛ ਪੜਤਾਲ ਕਰਦੇ ਆ ਪੁੱਛ ਪੜਤਾਲ ਕਰਨ ਤੋਂ ਬਾਅਦ ਕੀ ਹੁੰਦਾ ਕਿ ਉਹ ਜਦੋਂ ਪੁੱਛ ਪੜਤਾਲ ਹੋ ਜਾਂਦੀ ਆ ਤੇ ਮਾਮਲਾ ਉਹਨਾਂ ਨੇ ਸੁਣਾਉਣਾ ਹੀ ਸੀਗਾ ਇਹਨਾਂ ਨੇ ਚੱਕ ਕੇ ਉਹਨਾਂ ਦੀ ਬਦਲੀਆਂ ਕਰਤੀਆਂ ਹੁਣ ਉਹ ਹੀ ਫਿਰ ਗਰੀਬ ਫਿਰ ਉੱਥੇ ਜਾਊਗਾ ਇਹਨਾਂ ਦੇ ਲੀਡਰ ਜਾਣਗੇ ਲੈ ਕੇ ਗਲਦਸਤਾ ਤੇ ਲੈ ਜਾਣਗੇ ਕੋਈ ਡੱਬਾ ਲੈ ਜਾਣਗੇ ਮਠਿਆਈ ਦਾ ਤੇ ਜਾ ਕੇ ਕਹਿਣਗੇ ਇਹ ਜੀ ਸਾਡੇ ਫਲਾਨਾ ਜੀ ਹੈਗੇ ਆ ਫੋਟੋ ਕਰੋ ਫੋਟੋ ਆ ਜੀ ਸਾਡੇ ਫਲਾਨਾ ਹੈਗੇ ਆ ਫੋਟੋ ਕਰੋ ਫਿੱਟ ਕਰੋ ਬੇਟਾ ਫੋਟੋ ਕਰੋ ਇਹ ਐ ਖੜ ਜਾਣਗੇ ਕੋਈ ਝੱਗਾ ਜਾਂਦਾ ਰਹੂ ਕੋਈ ਪਜਾਮਾ ਜਾਂਦਾ ਰਹੂ ਤੇ ਉਹ ਜਿਹੜੇ ਵਿਚਾਰੇ ਉਹਨਾਂ ਨੇ ਝੱਗੇ ਪਵਾਏ ਇਹਨਾਂ ਦੇ ਉਹ ਉੱਥੇ ਬੈਠੇ ਰਹਿਣਗੇ ਫਿਰ ਜਾ ਕੇ ਗੱਲ ਦੱਸਣਗੇ ਇਹਨਾਂ ਦਾ ਕੋਈ ਪਤਾ ਨਹੀਂ ਫਿਰ ਤੋਂ ਬਦਲੀ ਕਰਦਣ ਇਸ ਕਰਕੇ ਪੰਜਾਬ ਦੇ ਲੋਕੋ ਨੁਕਸਾਨ ਤੁਹਾਡਾ ਆਇਆ ਤੇ ਇੱਥੇ ਕੀ ਕਰ ਰਹੇ ਆ ਭਗਵੰਤ ਮਾਨ ਦਾ ਵੱਡਾ ਐਕਸ਼ਨ ਭਗਵੰਤ ਮਾਨ ਦਾ ਵੱਡਾ ਐਕਸ਼ਨ ਉਹ ਕਿਹੜਾ ਐਕਸ਼ਨ ਦੀ ਗੱਲ ਕਰਦੇ ਆ ਤੁਸੀਂ ਇਹਦਾ ਕੋਈ ਐਕਸ਼ਨ ਉਕਸ਼ਨ ਨਹੀਂਗਾ ਐਕਸ਼ਨ ਦੀ ਸੁਣ ਲੈ ਐਕਸ਼ਨ ਕੀ ਆ ਦੀਵਾਲੀ ਵਾਲੇ ਟਾਈਮ ਦੇ ਵਿੱਚ ਆਪਣੋ ਬੋਲਟ ਪਟਾਕਾ ਜਿਹਾ ਇੱਕ ਲਾ ਕੇ ਕਹਿੰਦੇ ਉਹ ਬੰਬ ਚਲਾਤਾ ਬੰਬ ਚਲਾਤਾ ਬੰਬ ਬੱਲਿਆ ਹੋਰ ਹੁੰਦਾ ਉਸੇ ਤਰ੍ਹਾਂ ਚਲਾ ਕੇ ਏਡਾ ਸਾਰਾ ਕੁੱਕੜ ਪਟਾਕਾ ਆਪਾਂ ਕਹਿੰਨੇ ਬੰਬ ਚਲਾਤਾ ਉਸੇ ਤਰ੍ਹਾਂ ਕੰਮ ਇਹ ਹੋ ਗਿਆ ਇਧਰੋਂ ਚੱਕ ਕੇ ਉਧਰ ਕਰਤੇ ਉਧਰੋਂ ਚੱਕ ਕੇ ਇਧਰ ਕਰਤੇ ਵੀ ਜਾਂਦਾ ਸਾਰਾ ਸਟਾਫ ਹੀ ਬਦਲ ਦੋ ਜਿੰਨੇ ਇੱਕ ਜ਼ਿਲ੍ਹੇ ਨੂੰ ਥਾਣੇ ਲੱਗਦੇ ਆ ਉਹ ਸਾਰੇ ਥਾਣਿਆਂ ਦੇ ਅਫਸਰ ਚੇਂਜ ਕਰੋ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਕੰਮ ਏਐਸਆਈ ਕਰਦਾ ਕੰਨਾਂ ਦੀ ਮੈਲ ਆਲਾ ਤੇ ਉਹ ਕੰਮ ਐਸਐਸਪੀ ਨਹੀਂ ਉਹ ਐਸਐਸਪੀ ਕਿਵੇਂ ਕਰ ਲੂਗਾ ਜਿਹੜਾ ਐਸਐਸਪੀ ਕੰਮ ਕਰ ਰਿਹਾ ਜਦੋਂ ਐਸਐਸਪੀ ਨੇ ਦੇ ਕੁਰਸੀ ਤੇ ਬਹਿਣਾ ਤੇ ਕੰਮ ਤਾਂ ਸਾਰਾ ਕਰਨਾ ਸਿਪਾਈ ਨੇ ਏਐਸਆਈ ਨੇ ਐਸਐਚਓ ਨੇ ਤਾਂ ਜਿਹੜਾ ਸੱਚ ਉਹਨੇ ਵੀ ਕੁਰਸੀ ਤੇ ਬਹਿਣਾ ਏਐਸਆਈ ਨੇ ਕੰਮ ਕਰਨਾ ਏਐਸਆਈ ਨੇ ਗੱਡੀ 'ਚ ਬਹਿਣਾ ਬਾਕੀ ਕੰਮ ਸਿਪਾਈਆਂ ਨੇ ਕਰਨਾ ਸਿਪਾਈਆਂ ਨੇ ਕਹਿਣਾ ਹੋਮਗਾਰਡਾਂ ਨੂੰ ਹੋਮਗਾਰਡ ਵਿਚਾਰੇ ਖੜੇ ਰਹਿਣਗੇ ਗੱਲ ਤਾਂ ਇੱਥੇ ਆ ਵੀ ਤੁਸੀਂ ਇੱਕ ਜਣੇ ਦੀ ਬਦਲੀ ਕਰਤੀ ਮੁੱਖ ਬੰਦੇ ਚੱਕ ਕੇ ਅੱਛਾ ਤੁਸੀਂ ਕਹਿੰਨੇ ਆ ਵੀ ਇਹ ਪਿੰਡਾਂ ਪਿੰਡਾਂ 'ਚ ਨਹੀਂ ਜਾਂਦੇ ਤੁਹਾਡਾ ਛੋਟਾ ਜਿਹਾ ਬਿਆਨ ਸੀਗੇ ਇਹਨਾਂ ਤੇ ਭਾਈ ਸਾਹਿਬ ਪਹਿਲਾਂ ਮੈਨੂੰ ਤੁਸੀਂ ਗੱਲ ਦੱਸੋ ਬਦਲੀ ਅਸੀਂ ਵੀ ਕਰਾਂਗੇ ਟੈਨਸ਼ਨ ਨਾ ਲੈ ਬਦਲੀ ਅਸੀਂ ਪੰਜਾ ਸਾਲਾਂ ਬਾਅਦ ਕਰਨੀ ਆ ਤੂੰ ਦਾ ਮੂੰਹ ਐ ਲਮਕੂਗਾ ਜਿਵੇਂ ਤਾਹਾਂ ਦੂਰ ਕਿਤੇ ਕੱਕਰ ਖੜੀ ਹੋਵੇ ਤੇ ਕੱਕਰ ਦੇ ਤੋਰੀ ਲਮਕੀ ਜਾਂਦੀ ਹੋਵੇ ਉਸੇ ਤਰ੍ਹਾਂ ਭਾਈ ਸਾਹਿਬ ਭਗਵਾਨ ਤੁਮਨਸਾ ਤੇਰਾ ਮੂੰਹ ਲਮਕਣਾ ਤੇਰੇ 92 ਐਮਐਲਏ ਬਣਾ ਦੇ ਪੰਜਾਬ ਦੇ ਵਿੱਚੋਂ 92 ਸੀਟਾਂ ਦੇਤੀਆਂ ਤੁਹਾਨੂੰ ਤੇ ਤੁਸੀਂ ਕੀ ਕਰਤਾ ਤੁਸੀਂ ਕਿੰਨਾ ਕ ਪਿੰਡਾਂ 'ਚ ਕਿਹੜਾ ਮਾਰਦੇ ਆ ਚੰਡੀਗੜ੍ਹ ਤੋਂ ਘਰ ਤੁਹਾਡਾ ਕੋਈ ਐਮਐਲਏ ਨਹੀਂ ਥਿਆਉਂਦਾ ਆ ਜਿਹੜੇ ਪੰਜਾਬ ਦੇ ਐਮਐਲਏ ਆ ਅੱਜਕੱਲ ਤੁਸੀਂ ਇਹਨਾਂ ਨੂੰ ਗੁਜਰਾਤ ਲੈ ਕੇ ਗਏ ਆ ਮੈਨੂੰ ਤੁਸੀਂ ਜਵਾਬ ਦਿਓ ਪਹਿਲਾਂ ਵੀ ਤੁਸੀਂ ਕੰਮ ਕਰੀ ਜਾਂਦੇ ਆ ਅੱਗਾ ਦੌੜ ਤੇ ਪਿੱਛਾ ਚੌਣ ਵਾਲੀ ਥੋੜੀ ਗੱਲ ਹੋਈ ਪਈ ਆ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਫਿਰਦਾ ਤੁਸੀਂ ਮਾਰਿਆ ਠੂਣਾ ਹੂੰ ਚੱਲ ਗੁਜਰਾਤ ਨੂੰ ਹੂੰ ਚੱਲ ਹਿਮਾਚਲ ਨੂੰ ਥੋੜ ਤੁਸੀਂ ਤਾਂ ਸੇ ਬੋਲਣ ਜਾ ਕੇ ਤੁਸੀਂ ਤਾਂ ਇੱਥੇ ਵਾਹ ਵਾਹ ਕਰੀ ਜਾਂਦੇ ਢੋਲ ਵਜਾਈ ਤੁਰਿਆ ਨੇ ਅਰੇ ਉਹ ਫਲਾਨੀ ਪਾਰਟੀ ਤੋਂ ਐਸੀ ਆ ਫਲਾਨੀ ਪਾਰਟੀ ਤੋਂ ਵੈਸੀ ਆ ਭਾਈ ਸਾਹਿਬ ਬਦਲੀ ਥੋੜੀ ਵੀ ਹੋਣ ਵਾਲੀ ਆ ਥੋੜੀ ਬਦਲੀ ਕੌਣ ਕਰਿਆ ਕੇ ਤੁਹਾਡੇ ਐਮਐਲਏ ਕਿੰਨਾ ਕੰਮ ਕਰੀ ਜਾਂਦੇ ਆ ਅੱਜ ਭਗਵਾਨ ਕਮਨਸਾ ਤੇਰੇ ਨਾਲ ਗੱਲ ਤੇਰੀ ਕਹਾਵਤ ਸੀਗੀ ਇੱਕ ਗੱਲ ਕੀ ਸੀ ਇੱਕ ਵਾਰੀ ਕੋਈ ਬਾਂਦਰ ਜਾ ਕੇ ਸਾਰੇ ਜਾਨਵਰਾਂ ਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਰਾਜਾ ਤੁਹਾਡਾ ਮੈਂ ਆ ਉਹ ਕਹਿੰਦੇ ਦੱਸੋ ਹੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਸ਼ੇਰ ਤਾਂ ਬਿਮਾਰ ਜਾ ਰਿਹਾ ਸ਼ੇਰ ਕਹਿੰਦਾ ਵੀ ਰਾਜਾ ਹੁਣ ਤੂੰ ਬਣ ਜਾ ਬਾਂਦਰਾ ਉਹ ਕਹਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਯਾਰ ਸ਼ੇਰ ਤਾਂ ਸਾਨੂੰ ਖਾ ਜਾਂਦਾ ਤੂੰ ਸਾਨੂੰ ਖਾਂਦਾ ਤਾਂ ਨਹੀਂਗਾ ਤੂੰ ਤਾਂ ਫਲ ਫਲੂਟ ਖਾਏਂਗਾ ਕਹਿੰਦਾ ਕੋਈ ਗੱਲ ਨਹੀਂ ਸ਼ੇਰ ਨੇ ਰੱਖੀ ਐ ਕੂਣੀ ਜੀ ਲੱਤ ਹਲਾਈ ਜਾਵੇ ਕੈਂ ਕਰਕੇ ਪਹੁੰਚ ਗਈ ਲੂੰਬੜੀ ਲੂੰਬੜੀ ਕਹਿੰਦੀ ਸ਼ੇਰ ਜੀ ਸ਼ੇਰ ਜੀ ਮੇਰੇ ਗੁਫਾ ਦੇ ਵਿੱਚ ਬੱਚੇ ਆ ਉਹਨਾਂ ਨੂੰ ਸ਼ੇਰ ਖਾਂ ਨੂੰ ਜਾਇਆ ਦੇ ਕੰਨ ਹਾਂ ਇਹ ਕਿਵੇਂ ਹੋ ਗਿਆ ਉਹਨੇ ਮਾਰੀ ਟਪੂਸੀਆਂ ਕਰਕੇ ਉਹ ਚੜ ਗਿਆ ਕਿ ਉੱਥੇ ਦਰਖਤ ਤੇ ਫਿਰ ਕਹਿੰਦੀ ਉਹ ਤਾਂ ਗੁਫਾ ਕੋਲ ਪਹੁੰਚਣ ਵਾਲਾ ਦੋ ਚਾਰ ਖਿੱਚ ਕੇ ਠੋਕੀਆਂ ਫਿਰ ਉਹਨੇ ਛਾਲਾ ਉਹ ਕਹਿੰਦੀ ਜੀ ਉਹ ਤਾਂ ਉਹ ਤਾਂ ਮੇਰੇ ਬੱਚਿਆਂ ਦੇ ਉੱਤੇ ਰੱਖ ਲਿਆ ਪੰਜਾ ਗਲ ਤੇ ਇਹ ਤੇਰੇ ਦੇ ਤੇਰੀ ਦੀ ਤੇਰੀ ਬਾਂਦਰ ਕੋ ਘਨ ਲੱਗ ਗਿਆ ਐਂਡ ਤੇ ਆ ਕੇ ਉਹ ਲੂੰਬੜੀ ਦੇ ਬੱਚਿਆਂ ਨੂੰ ਖਾ ਗਿਆ ਲੂੰਬੜੀ ਕਹਿੰਦੀ ਬਾਂਦਰ ਰਾਜਾ ਜੀ ਇਹ ਕਿ ਹੋ ਗਿਆ ਕਿ ਨਾ ਗੱਲ ਸੁਣ ਮੈਨੂੰ ਇਹ ਗੱਲ ਨਾ ਕਿ ਮੈਂ ਆਪ ਦੀ ਪੂਰੀ ਭੱਜ ਦੌੜ ਕੀਤੀ ਆ ਇਹ ਸਿੱਧਾ ਭਗਵਾਨ ਤਮਨ ਜੀ ਤੁਸੀਂ ਭੱਜ ਦੌੜ ਕਰੀ ਜਾਂਦੇ ਮੈਂ ਤੁਹਾਨੂੰ ਧਾਰਨ ਤੁਹਾਡੀ ਆਹੇ ਤੁਸੀਂ মিডিਆ ਨੂੰ ਸੁਣਾਈ ਸੀ ਇਹ ਅੱਜ ਤੁਹਾਡੇ ਤੇ ਲੱਗਦੀ ਆ ਮਾਨਸੇ ਵਾਲਾ ਉਧਰ ਘਲਤਾ ਉਧਰ ਵਾਲਾ ਮਾਨਸੇ ਘਲਤਾ ਉਧਰ ਵਾਲਾ ਉਧਰ ਘਲਤਾ ਇੱਧਰ ਆ ਰਾ ਇੱਧਰ ਘਰਤਾ ਉਹ ਇਹਦੇ ਨਾਲ ਇਨਸਾਫ ਕਿੱਥੇ ਮਿਲ ਜੂਗਾ ਤੁਸੀਂ ਜਵਾਬ ਦਿਓ ਸਾਨੂੰ ਇਹਦੇ ਨਾਲ ਕਿਹਨੂੰ ਇਨਸਾਫ ਮਿਲ ਜੂਗਾ ਐਸਐਚਓ ਨੂੰ ਤੁਹਾਡੇ ਲੀਡਰਾਂ ਦੇ ਫੋਨ ਜਾਂਦੇ ਆ ਜੇ ਨਹੀਂ ਵਿਸ਼ਵਾਸ ਤਾਂ ਮੈਂ ਸਬੂਤ ਦਿਨਾ ਭਗਵੰਤ ਮਾਨ ਤੂੰ ਝੂਠਾ ਤੂੰ ਗੱਪੀ ਆ ਭਗਵੰਤ ਮਾਨ ਤੂੰ ਗੱਪੀ ਆ ਤੇਰੀ ਸਰਕਾਰ ਸਾਡੇ ਦੇ ਪਰਚੇ ਕਰਾਵੇ ਤੇ ਤੂੰ ਕੋ ਨਖਰੇ ਕਰੇ ਕਮਾਲ ਦੀ ਗੱਲ ਹੋ ਗਈ ਭਗਵੰਤ ਮਾਨ ਤੂੰ ਗੱਪੀ ਆ ਫਿਰ ਕਹੂੰਗਾ ਭਗਵੰਤ ਮਾਨ ਤੂੰ ਗੱਪੀ ਆ ਤੂੰ ਗੱਪ ਮਾਰਦਾ ਆ ਵੇਖ ਨਾ ਸਾਡਾ ਵਿਸ਼ਵਦੀਪ ਸਿੰਘ son of ਗੁਰਪ੍ਰੀਤ ਸਿੰਘ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਇਹ ਮੇਰੇ ਤੇ ਪਰਚਾ ਕਹਿੰਦਾ ਪੁਆਇਆ ਕਹਦਾ ਪਰਚਾ ਪੁਆਇਆ ਮੇਰੇ ਤੇ ਹਾਕ ਮੰਗਣਾ ਗੈਰਕਾਨੂੰਨੀ ਆ ਦੱਸ ਭਗਵਾਨ ਤਮਨਸਿਆ ਦੱਸ ਜਵਾਬ ਦੇਣਾ ਪੈਣਗੇ ਤੂੰ ਝੂਠਾ ਇਹ ਇੱਕ ਇਹ ਪਟਾਕੇ ਚਲਾ ਚਲਾ ਕੇ ਐਕਸ਼ਨ ਨਹੀਂ ਹੁੰਨੇ ਇਹ ਬੱਚੇ ਆ ਜਿਹੜੇ ਲੋਕ ਆ ਵਿਚਾਰੇ ਇਹਨਾਂ ਨੂੰ ਪਤਾ ਨਹੀਂਗਾ ਇਹ ਕਿਸਸਪੀ ਦੀ ਚੱਕ ਕੇ ਬਦਲੀ ਉਧਰ ਕਰਤੀ ਆਖੇ ਜੀ ਇਹ ਕੰਮ ਨਹੀਂ ਕਰੀ ਜਾਂਦੇ ਤੇਰਾ ਕਿਹੜਾ ਐਮਐਲਏ ਕੰਮ ਕਰੀ ਜਾਂਦਾ ਨਾ ਦਿਓ ਸਾਨੂੰ ਹਾਂ ਉਹ ਲੋਕਾਂ ਤੇ ਝੂਠੇ ਦਾਵੇ ਤਾਂ ਕਰੀ ਜਾਂਦਾ ਪਰ ਉਹ ਪਿਆਰੇ ਸੱਜਣ ਉਹਨੇ ਲੋਕਾਂ ਦਾ ਕੰਮ ਨਹੀਂ ਕੀਤਾ ਇਹ ਗੱਲ ਤੁਹਾਨੂੰ ਮੰਨਣੀ ਪਊਗੀ ਉਹਨੇ ਕੰਮ ਨਹੀਂ ਕੀਤਾ ਆ ਆਪ ਵੀ ਸਿਤਾਰਾ ਜਿਹੜੀਆਂ ਮੇਰੇ ਤਲਾਈਆਂ ਆ ਲੈਣਗਾ ਬ੍ਰਦਰ ਹਾਂਜੀ ਇਹ ਪਹਿਲਾ ਚੈੱਕ ਕਰੋ ਮੈਨੂੰ ਮੈਨੂੰ ਇਹ ਜਵਾਬ ਦਿਓ ਗੱਲ ਦੇ ਝੂਠੇ ਪਰਚੇ ਤੁਸੀਂ ਕੋਨ ਨਾ ਪੁਲਿਸ ਨੂੰ ਕਹਿ ਕੇ ਉਲਟਾ ਤੁਸੀਂ ਕਹਿਣਾ ਵੀ ਹੈ ਪਤਾ ਨਹੀਂ ਕੀ ਹੋ ਜੂਗਾ ਭਾਈ ਸਾਹਿਬ ਭਗਵੰਤ ਮਾਨਸਿਆਂ ਤੈਨੂੰ ਪ੍ਰਸ਼ਾਸਨ ਚਲਾ ਰਿਹਾ ਇਹ ਸਾਰੇ ਨਖਰੇ ਬਾਜ਼ੀਆਂ ਕਰਕੇ ਆਪਦੇ ਆਪ ਨੂੰ ਸਹੀ ਨਾ ਕਹਿ ਇਹ ਯਾਦ ਰੱਖ ਲੋ ਗੱਲ ਝੱਗੇ ਬਦਲਤੇ ਬੰਦੇ ਉਹੀ ਰਹਿਣਗੇ ਬੰਦੇ ਕਿਹੜੇ ਆ ਬੰਦੇ ਉਹੀ ਆ ਜਿਹੜੇ ਬੰਦੇ ਤੁਸੀਂ ਕੀ ਕਹਿ ਰਹੇ ਹੋ ਬੰਦੇ ਉਹੀ ਰਹਿਣਗੇ ਭਗਵਾਨ ਤੁਮਨ ਸਿਆ ਇੱਕ ਗਰੀਬ ਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਕਹਿੰਦੇ ਵੀ ਆ ਵਿਸ਼ਵ ਦੀਪ ਇਨਸਾਫ ਨਹੀਂ ਦੇ ਰਿਹਾ ਇਹਦੇ ਝੱਗੇ ਚ ਕਮੀ ਆ ਝੱਗਾ ਬਦਲ ਦੇ ਭਾਈ ਉਹ ਝੱਗਾ ਬਦਲਤਾ ਹੁਣ ਇਹ ਝੱਗਾ ਬਦਲਤਾ ਬੰਦਾ ਉਹੀ ਆ ਬੁੱਥੀ ਦੇਖ ਲੋ ਧਿਆਨ ਨਾਲ ਮੇਰੀ ਸ਼ਰਟ ਮੇਰੇ ਕੱਲ ਦੂਜੀ ਪਾਈ ਸੀਗੀ ਅੱਜ ਮੇਰੇ ਇਹ ਪਾਈ ਆ ਕੱਲ ਨੂੰ ਫੇਰ ਉਹੀ ਧੋਤੀ ਪਾਈ ਨੂੰ ਮੈਂ ਕੱਲ ਨੂੰ ਫੇਰ ਉਹੀ ਪਾ ਲੈਣੀ ਆ ਭਾਈ ਸਾਹਿਬ ਬੰਦਾ ਮੈਂ ਉਹੀ ਰਹਿਣਾ ਉਹੀ ਬੰਦਾ ਰਹਿਣਾ ਮੈਂ ਯਾਦ ਰੱਖ ਲੋ ਗੱਲ ਇਹ ਇਨਸਾਫ ਨਹੀਂ ਮਿਲਣਾ ਕਿਸੇ ਨੂੰ ਕੀ ਆ ਜਿਹੜੇ ਤੁਸੀਂ ਉਹ ਬਦਲੀ ਕਰਾਤੀ ਕੀ ਸਬੂਤ ਆ ਕਿ ਹੁਣ ਉੱਥੇ ਚਿੱਟਾ ਨਹੀਂ ਵਿਕੂਗਾ ਕੀ ਸਬੂਤ ਆ ਉੱਥੇ ਰੇਤ ਮਾਫੀਆ ਨਹੀਂ ਚੱਲੂਗੀ ਕੀ ਸਬੂਤ ਆ ਕਿ ਉੱਥੇ ਤੁਸੀਂ ਤਾਂ ਤਬਾਦਲਾ ਕਰਕੇ ਪਰੇ ਮਾਰਦੇ ਆ ਥੋੜਾ ਵੀ ਤਾਂ ਤਬਾਦਲਾ ਕਰਨਾ ਹੀ ਅਸੀਂ ਇਹ ਕਰਕੇ ਮਾਰਾਂਗੇ ਮੋਹ ਰੈ ਲਾ ਕੇ ਚੱਕ ਇਹਨਾ ਬੱਸ ਉਹ ਕੰਮ ਨਾ ਕਰੋ ਤੁਸੀਂ ਇਹ ਯਾਦ ਰੱਖ ਲੋ ਗੱਲ ਬਦਲੀ ਕਰਨਾ ਕੁਝ ਨਹੀਂ ਹੁਣਾ ਤੁਹਾਡੇ ਐਮਐਲਏ ਨੂੰ ਕਹੋ ਪਿੰਡਾਂ ਦੇ ਵਿੱਚ ਮੁਸੀਬਤਾਂ ਕੀ ਆ ਰਹੀਆਂ ਪਿੰਡਾਂ 'ਚ ਘੱਲੋ ਉਹਨਾਂ ਨੂੰ ਤੁਹਾਡਾ ਐਮਐਲਏ ਕੋਈ ਆਉਂਦਾ ਜਦ ਕਿ ਉਰਤਾਂ ਪਿਆਮਾ ਪਿੱਛੋਂ ਐ ਕਰ ਲਵੇ ਐਂੇ ਕਰਕੇ ਐ ਤੁਰ ਲੈਣਾ ਨਾਲ ਬੰਦੇ ਹੋਣੇ ਚਾਰ ਪੰਜ ਉਹਦੀ ਬੱਸ ਆਹ ਕੰਮ ਹੋਵੇ ਕੀ ਕਿਹੜਾ ਤੁਹਾਡਾ ਐਮਐਲਏ ਮੈਨੂੰ ਨਾਂ ਤਾਂ ਦੱਸੋ ਕਿਹੜਾ ਹੱਲ ਕਰੀ ਜਾਂਦਾ ਕੁਛ ਆਹ ਫਾਜ਼ਲ ਕਾਲੇ ਨੂੰ ਪੁੱਛੋ ਕਿੰਨਾ ਕ ਰੇਤ ਦਾ ਕੰਮ ਸਹੀ ਚਲਾਉ ਚਲਾਉ ਚਲਾਉਗਾ ਇਹ ਪੁੱਛੋ ਮੈਨੂੰ ਜਵਾਬ ਤਾਂ ਦਿਓ ਆਹ ਤੁਹਾਡਾ ਜਿਹੜਾ ਬੱਲੂਆਨੇ ਵਾਲਾ ਗੋਲਦੀ ਮੁਸਾਫਰ ਇਹ ਪਰਚੇ ਕਰਾਈ ਜਾਂਦਾ ਲੋਕਾਂ ਤੇ ਇਹਨੇ ਲੋਕਾਂ ਦੇ ਘਰ ਟਵਾ ਤੇ ਸੁਖਚੈਨ ਪਿੰਡੇ ਦੇ ਫਲਕੇ ਚੋਂਦਾ ਇੱਕ ਸਰਪੰਚ ਤਨਹਾਰ ਸਰਪੰਚ ਕਹਿੰਦੇ ਗੱਡੀ ਤੇ ਵਤੀ ਲਾਈ ਫਿਰਦਾ ਐਮਐਲਏ ਨਹੀਂ ਲਾਉਂਦਾ ਤੁਹਾਡਾ ਸਰਪੰਚ ਲਾਈ ਫਿਰਦਾ ਇਹ ਇਹ ਤੁਸੀਂ ਕੀ ਕਰੀ ਜਾਂਦੇ ਆ ਬਈ ਇਹ ਤਬਾਦਲੇ ਕਰਨਾ ਕੁਛ ਨਹੀਂ ਹੋਣਾ ਮੈਨੂੰ ਦੱਸੋ ਕੀ ਹੋਇਆ ਥੋੜਾ ਵੀ ਤਾਂ ਕਰਨਾ ਪੈਣਾ ਨਾ ਥੋੜਾ ਤਾਂ ਅਸੀਂ ਕੀਤਾ ਨਹੀਂ ਤਨਖਾਹ ਤੁਸੀਂ ਪੰਜਾਬ ਤੋਂ ਲੈਣੇ ਆ ਭਾਸ਼ਣ ਜਾ ਕੇ ਗੁਜਰਾਤ 'ਚ ਦਿੰਨੇ ਆ ਕੀ ਗੱਲ ਠੇਕਾ ਲਿਆ ਅਸੀਂ ਠੇਕੇ ਤੇ ਲਿਆ ਤੈਨੂੰ ਪੰਜਾ ਸਾਲਾਂ ਵਾਸਤੇ ਅਰਾ ਖਾਬਾ ਆ ਪੰਜਾਬ ਦਾ ਤੁਸੀਂ ਆਪ ਦੇ ਆਪ ਨੂੰ ਸਮਝੀ ਕੀ ਬੈਠੇ ਆ ਅਪੋਲ ਸਿੱਧਾ ਤੁਹਾਡੀ ਮਤਲਬ ਤੁਹਾਡੇ ਗਨਮੈਨ ਨਹੀਂ ਸੂਤ ਨਹੀਂ ਹੁੰਦੇ ਤੋ ਵਿਚਾਰੇ ਗਨਮੈਨ ਲੱਗਣ ਤੁਹਾਡੇ ਕਿ ਲੋਕਾਂ ਦੇ ਮੁੱਦੇ ਵੇਖਣ ਇਹ ਭਾਈ ਸਾਹਿਬ ਇਹ ਨੌ ਟੰਕੀਆਂ ਬੰਦ ਕਰੋ ਇਹ ਨੌ ਟੰਕੀਆਂ ਤੁਹਾਡੀਆਂ ਯਾਦ ਰੱਖੋ ਤੁਸੀਂ ਕੀਤਾ ਇੱਕ ਰੋਸ ਦੇ ਕਰਨ ਦੇ ਕੁਝ ਵੀ ਨਹੀਂ ਗੇ ਵਾ ਦੇ ਤੇਰੇ ਦੀ ਮਾਰਛਲ ਦੇ ਤੇਰੇ ਦੀ ਮਾਰਛਲ ਛਾਲਾ ਮਾਰਨਾ ਕੁਝ ਨਹੀਂ ਹੋਣਾ ਤੁਹਾਡੇ ਬਿਆਨ ਮੇਰੇ ਨਹੀਂ ਗੇ ਤੁਸੀਂ ਪਹਿਲਾ ਵਾਲੇ ਮੁੱਖ ਮੰਤਰੀ ਨੂੰ ਆਂਦੇ ਸੀ ਹੁਣ ਦੱਸੋ ਕੀ ਹੋਈ ਜਾਂਦਾ ਬੱਤ ਬਦਲਾ ਕਰਕੇ ਅਸਲ ਦੇ ਵਿੱਚ ਪਤਾ ਕੀ ਹੈ ਮੈਂ ਐਂਡ ਵਾਲੀ ਗੱਲ ਦੱਸ ਦਿੰਨਾ ਜਿਹੜੇ ਲੋਕ ਆ ਨਾ ਭੋਲੇ ਭਾਲੇ ਉਹਨਾਂ ਨੂੰ ਐ ਲੱਗਦਾ ਬਾਈ ਉਹ ਐਸਐਸਪੀ ਦਾ ਸੌਂਦਾ ਨਹੀਂ ਸੀਗਾ ਆਪਣੀ ਇਹ ਸੁਣੂਗਾ ਉਹ ਨਹੀਂ ਬਾਈ ਪਿੱਛੇ ਉਹਦੇ ਵੀ ਐਮਐਲਏ ਸੀਗਾ ਪਿੱਛੇ ਇਹਦੇ ਵੀ ਐਮਐਲਏ ਹੋਣਾ ਤੁਹਾਡਾ ਕੰਮ ਨਹੀਂ ਹੋਣਾ ਤੁਹਾਡੇ ਕੇਸ ਜੇਕਰ ਉਹ ਐਮਐਲਏ ਦੇ ਬੰਦਿਆਂ ਦੇ ਵਿਰੁੱਧ ਹੋਣਗੇ ਤਾਂ ਤੁਹਾਡਿਓ ਕੇਸ ਨੂੰ ਮੋਹਰ ਲਾ ਕੇ ਬੰਦ ਕਰ ਦੋ ਜੀ ਇਸ ਕੇਸ ਦੇ ਵਿੱਚ ਕੁਝ ਨਹੀਂ ਹੈਗਾ ਯਾਦ ਰੱਖ ਲਓ ਗੱਲ ਸਿੱਧੂ ਮੂਸੇਵਾਲੇ ਦੇ ਜਦੋਂ ਕਤਲ ਹੋਇਆ ਸੀ ਮੈਂ ਕੀ ਕਹਿਆ ਸੀ ਲੋਕਾਂ ਨੂੰ 29 ਮਈ ਨੂੰ ਕਤਲ ਹੁੰਦਾ ਤੇ 1 2 ਜੂਨ ਨੂੰ ਮੈਂ ਵੀਡੀਓ ਪਾ ਕੇ ਕਹਿੰਦਾ ਸੀ ਮੈਂ ਕਿਹਾ ਮਾਂ ਮਰ ਗਏ ਤੈਨੂੰ ਇਨਸਾਫ ਨਹੀਂ ਮਿਲਣਾ ਜਾ ਕੇ ਆ ਪੇਜ ਤੇ ਵੀਡੀਓ ਚੈੱਕ ਕਰ ਲਓ ਯਾਦ ਰੱਖ ਲਓ ਗੱਲ ਇਹ ਐਵੇਂ ਗੱਲਾਂ ਸਿਰਫ ਇਹਨਾਂ ਨੇ ਬੱਸ ਉਹ ਕੰਮ ਕਰੀ ਜਾਣਾ ਆਪਦਾ ਤੇਰੀ ਮਾਰਸ਼ਾਲ ਤੇਰੀ ਟ ਮਾਰਸ਼ਾਲ ਮੈਂ ਕੋਸ਼ਿਸ਼ ਪੂਰੀ ਕੀਤੀ ਹੈ ਚਲੋ ਕੋਈ ਗੱਲ ਨਹੀਂ ਕਰੋ ਕੋਸ਼ਿਸ਼ ਪੂਰੀ ਬਾਕੀ ਮੈਂ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੂੰਗਾ ਕੋਈ ਗੱਲ ਨਹੀਂ ਇਹ ਜਿਹੜਾ ਤੁਸੀਂ ਤਬਾਦਲਾ ਕੀਤਾ ਬਹੁਤ ਵਧੀਆ ਕੀਤਾ ਤੇ ਇਹਦਾ ਅਸੀਂ ਵੀ ਤਬਾਦਲਾ ਕਰਾਂਗੇ ਤੁਹਾਡਾ ਤਬਾਦਲਾ ਤੁਹਾਡਾ ਤਾਂ ਹੋ ਇਹਨਾਂ ਦਾ ਤਾਂ ਹੋ ਕੇ ਫਿਰ ਨੌਕਰੀ ਤੇ ਰਹਿ ਗਏ ਪਰ ਤੁਹਾਨੂੰ ਕਿਸੇ ਨੇ ਸਰਪੰਚ ਤੱਕ ਨਹੀਂ ਬਣਾਉਣਾ ਯਾਦ ਰੱਖ ਲਿਆ ਜੇ ਜਿਹੜੇ ਤੁਹਾਡੇ ਐਮਐਲਏ ਬਣ ਗਏ ਆ ਉਹਨਾਂ ਨੂੰ ਕਿਸੇ ਨੇ ਮੈਂਬਰ ਤੱਕ ਨਹੀਂ ਬਣਾਉਣਾ ਯਾਦ ਰੱਖ ਲਿਆ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ